मिल के आया आया सी पिंड खुश करके तोरी का मित्र फीलिंग नहीं ली कदे किसी अद्धे कहंदे आ के सिद्धू दी कोठी नूं आए कहंदे जिवें आपदी कोठी आ ओए साडी कोठी मूरे खड़ के कह के आउंदे ने वी साडे भरा दी कोठी है। दोस्तों गायक सिद्धू मूसेवाले नूं मिलण उन्हां दे घर गए एक फैन दे गुस्से होण दी वीडियो दा असली सच असीं तुहानूं इत्थे दसण जा रहे हां। पूरी खबर जानण तों पहलां जेकर तुहानूं वी सिद्धू मूसेवाला वधिया लगदे हन तां इस वीडियो नूं लाइक अते शेयर करना ना भुलणा अते ताज़ा खबरां दी जानकारी लई साडे चैनल नूं सबसक्राइब वी जरूर कर लैणा। जी हां दोस्तों तुसीं वी शायद सोचण लग गए होवोगे कि असीं इत्थे की गल कर रहे हां। असीं सिद्धू मूसेवाले ते उन्हां दे फैंस दी ही गल कर रहे हां। ज़्यादातर देखिया जांदा है कि सिद्धू दे पिंड उन्हां दे घर दे बाहर उन्हां नूं मिलण लई पहुंचे फैंस ਦੀ ਬਹੁਤ ਭਾਰੀ ਭੀੜ ਲੱਗੀ ਹੀ ਰਹਿੰਦੀ ਹੈ। ਇਹ ਫੈਨਸ ਦਾ ਪਿਆਰ ਹੀ ਹੈ ਜੋ ਕਿ ਸਿੱਧੂ ਲਈ ਇੰਨੀ ਦੂਰ ਤੋਂ ਚੱਲ ਕੇ ਆਉਂਦੇ ਹਨ ਅਤੇ ਕੁਝ ਸਿੱਧੂ ਵੀ ਇਸ ਗੱਲ ਨੂੰ ਬਾਖੂਬੀ ਮੰਨਦੇ ਹਨ। ਇਸ ਤੋਂ ਬਿਨਾਂ ਜੇਕਰ ਗੱਲ ਕਰ ਲਈਏ ਤਾਂ ਸਿੱਧੂ ਮੂਸੇਵਾਲਾ ਵੀ ਇੱਕ ਗਾਇਕ ਤੋਂ ਇਲਾਵਾ ਇੱਕ ਆਮ ਇਨਸਾਨ ਹਨ ਅਤੇ ਉਹ ਵੀ ਕਦੇ ਪਰੇਸ਼ਾਨ ਹੋ ਸਕਦੇ ਹਨ। ਖਾਸ ਤੌਰ ਤੇ ਜੇਕਰ ਹਰ ਵੇਲੇ ਹੀ ਸਿੱਧੂ ਦੇ ਦੁਆਲੇ ਫੈਨਸ ਦੀ ਭੀੜ ਹੋਵੇਗੀ ਤਾਂ ਅਖੀਰ ਨੂੰ ਬੰਦਾ ਥੋੜਾ ਗੁੱਸੇ ਵਿੱਚ ਵੀ ਆ ਸਕਦਾ ਹੈ ਕਿਉਂਕਿ ਉਸਨੇ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਹੁੰਦੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਤੁਸੀਂ ਇੱਥੇ ਪਹਿਲਾਂ ਪੂਰੀ ਦੇਖੋ ਅਤੇ ਬਾਕੀ ਗੱਲ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਦੇ ਹਾਂ। ਮੇਰੀ ਗੱਲ ਸੁਣ ਲਾ ਵੀ ਬਾਈ ਓਏ ਯਾਰ ਓਏ ਗੱਲ ਤਾਂ ਸੁਣ ਲਾ ਸਟਾਰ ਫੋਟੋਆਂ ਰੋਟੀਆਂ ਥੋੜੀਆਂ ਢਿੱਡ ਥੋੜੀ ਪਰ ਹਾਂ ਇੱਕ ਵਾਰ ਯਾਰ ਬੰਦਾ ਮਿਲ ਜਾ ਭਰਾ ਕੀ ਕਰਦੇ ਹੋ ਤੁਸੀਂ ਠੀਕ ਹੈ ਠੀਕ ਇਦੋਂ ਵੱਧ ਕੀ ਬਸ ਠੀਕ ਆ ਬਾਈ ਲਾ ਵੀ ਬਾਈ ਧੰਨਵਾਦ ਸਾਰੇ ਹਾਂ ਠੀਕ ਹੈ ਲੱਗੇ ਤੁਹਾਡੇ ਵਰਗਾ ਮੈਂ ਮੇਰੇ ਵਰਗੂ ਮਾਂ ਥੋੜੀ ਲੱਗੀ ਹੋਈ ਹਾਂ ਠੀਕ ਹੈ ਲੱਗੇ ਦਰਅਸਲ ਪਿਛਲੇ ਦਿਨੀ ਬਹੁਤ ਸਾਰੇ ਫੈਨਸ ਸਿੱਧੂ ਦੇ ਘਰ ਬਾਹਰ ਪਹੁੰਚੇ ਸਨ ਅਤੇ ਸਿੱਧੂ ਨਾਲ ਫੋਟੋ ਕਰਵਾਉਣਾ ਚਾਹੁੰਦੇ ਸਨ ਜੋ ਕਿ ਸਿੱਧੂ ਆਮ ਰੁਟੀਨ ਵਿੱਚ ਕਰਦੇ ਦਿਖਾਈ ਦਿੰਦੇ ਹਨ। पर इस बार जदों सिद्धू घर तों बाहर निकले तां उनां आठ किना ट्रैक्टर दे पिछे हल पा के आए क्योंकि उन्हां ने खेत झोने दी बिजाई लई कद्दू करन जाणा सी। उत्थे ही एक फैन ने जदों एक बार सिद्धू नाल फोटो करवा ली तां वार वार सिद्धू नूं फोटो करवाउण लई कह रहा सी अते जिस कारण बाकी फैनस भी उड़ीक विच सन। इसे गल ते सिद्धू ने उस फैन नूं कहा कि एक बार करवा ली बाकियां नूं भी करवा लैण दे क्योंकि सिद्धू ने भी कम करना खेत जाके अते इन्ने विच ही उह फैन उत्थों गुस्से हो के चला गया। जदकि बाकी फैनस सिद्धू नाल सहमत सन क्योंकि उनां दा कहना कि अज सिद्धू ही एक ਇਹੋ ਜਿਹਾ ਬੰਦਾ ਹੈ ਜੋ ਕਿ ਇੰਨੇ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਆਮ ਵਾਂਗੂ ਹਰ ਇੱਕ ਫੈਨ ਨੂੰ ਮਿਲਦੇ ਹਨ। ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਸਿੱਧੂ ਨੇ ਉਸ ਫੈਨ ਨਾਲ ਫੋਟੋ ਕਰਵਾਉਣ ਤੋਂ ਬਾਅਦ ਉਸ ਨੂੰ ਜੋ ਕਿਹਾ ਉਹ ਬਿਲਕੁਲ ਸਹੀ ਸੀ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ। ਧੰਨਵਾਦ। ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।